देखो सिद्धी भर्ती करन दा ये हमेशा ही मौत दे मूंह च खेडदे आए ने, अग्गां भजांदे आए ने हर तरह का, जां दे इन्हां नूं दसन वी इह काम नहीं करदे। रोस वजों असी अगला जिहड़ा प्रोग्राम 20 फरवरी नूं डीएपी जिहड़ा चौक हैगा आ उत्थे असी धरना प्रदर्शन करांगे। बड़े लंबे समय तो साढ़े जिहड़े मुलाजम आ 10-10, 15-15 साल तो ड्यूटियां कर रहे आ, ये सरकार ने साढ़े नाल बड़ा धोखा किया वा, जिहड़ी इन्हां ने भर्ती कढ़ दित्ती उहदे विच सानूं बिलकुल ही इन्होंने किनारे ला दिता वा। साडा सफाई मजदूर फेडरेशन पंजाब विनोद कुमार बेटा प्रधान, अज का जिहड़ा मुद्दा हैगा इन्हां दा, असीं पहली तरीक ते भी इत्थों दे मंग पत्र दिता सी डीसी साहब नूं, 15 दिन का टाइम दिता सी, जिहदे विच असीं कहा भी जिहड़ियां भर्ती इन्हां ने खोली आ जिहड़ी फायरमैना दी, असीं कहा सी पहला साडे बंदियां नूं पहल मिलनी चाहीदी आ, कि जिहड़ा 8-8 साल कईआं नूं हो गए, कईआं नूं 2-2 साल 3-3 साल हो गए ने। देखो सिद्धी भर्ती करन दा ये हमेशा ही मौत दे मूंह च खेडदे आए ने, अग्गां भजांदे आए ने हर तरह का, जां ते इन्हां नूं दसन वी इह काम नहीं करदे ते फिर ते इन्हां नूं कहिंदे खुंडे लैण लाउण, ते जे इन्हां नूं इस तरह करनगे ते साडे कोल बिल्कुल बर्दाश्त नहीं होएगा। साडी सफाई मजदूर फेडरेशन पंजाब उह सारी टोटल इन्हां दे नाल खड़ी आ ते खड़ी रहेगी, इन्हां दे पूरे हक दवा के रहांगे और सोर्स काम खत्म करा के रहांगे। हुण की मसला, अपना अगला कदम की चक रहे हो? अगला कदम असीं चक रहे हां भी इत्थे जिहड़ा जलंधर दे विच पीएपी चौंक जिहड़ा काम करांगे, पता नहीं किसे वेले भी कर सकते हां। मेरा नाम करमजीत सिंह, अमृतसर तों जी, फायर ब्रिगेड यूनियन तों। सर साडा मसला इह आ, पिछले बड़े लंबे समय तो साडे जिहड़े मुलाजम आ 10-10, 15-15 साल तो ड्यूटियां कर रहे आ, ये सरकार ने साडे नाल बड़ा धोखा किया वा, जिहड़ी इन्हां ने भर्ती कढ़ दित्ती उहदे विच सानूं बिल्कुल ही इन्हां ने किनारे ला दिता वा, जिहदा साडे बारे इन्हां बिल्कुल नहीं ख्याल किया, इहदा असीं पूरा विरोध करदे आ। इहदे आउण वाले टाइम दे विच आपां जिहड़ा रोड जाम करांगे जलंधर दे विच, पीएपी चौंक जिहड़ा उहनूं बंद करांगे मुकम्मल तौर ते, ਫਿਰ ਇਹਨਾਂ ਜਿਹੜੀ ਸਰਕਾਰ ਸੁੱਤੀ ਹੈ ਇਹ ਜਾਗੂਗੀ। ਸਾਡੀ ਮੇਨ ਡਿਮਾਂਡ ਕੀ ਹੈਗੀ ਜਿਹੜੀ? ਮੇਨ ਸਾਡੀ ਇਹੀ ਡਿਮਾਂਡ ਹੈਗੀ ਹੈ ਕਿ ਸਾਡੇ ਜਿਹੜੇ ਬੰਦੇ ਆ ਇਸ ਵਕਤ ਸਾਡੇ ਮੁਲਾਜ਼ਮ ਜਿਹੜੇ ਇਹਨਾਂ ਨਾਲ ਤਜਰਬਾ ਵਾ, ਪਹਿਲਾਂ ਇਹਨਾਂ ਨੂੰ ਪੱਕਿਆ ਕੀਤਾ ਜਾਵੇ, ਫਿਰ ਜਿਹੜੀ ਭਰਤੀ ਕਰਨੀ ਉਸ ਤੋਂ ਬਾਅਦ 'ਚ ਜੋ ਮਰਜ਼ੀ। ਤੁਹਾਡੇ ਕਿੰਨੇ ਕੱਚੇ ਕੁ ਮੁਲਾਜ਼ਮ ਹੋਣੇ ਆਪਣੇ ਜਿਹੜੇ ਆ ਆਊਟਸੋਰਸ ਦੇ ਸਾਰੇ ਰੱਖੇ ਗਏ ਆ? ਸਾਡੇ ਟੋਟਲ ਹੈਗੇ ਜੀ 11.5-1200 ਦੇ ਕਰੀਬ ਹੈ। ਠੀਕ ਹੈ, ਅਤੇ ਆਪਣਾ ਹੁਣ ਕਿੰਨੀ ਤਰੀਕ ਨੂੰ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ? ਇਹ ਸਰ ਆਪਣਾ ਆਉਣ ਵਾਲੀ 21 ਤਰੀਕ ਨੂੰ ਆਪਾਂ ਜਿਹੜਾ ਵਾ ਟੋਟਲੀ ਇਹ ਜਿਹੜਾ ਮੁਕੰਮਲ ਹੀ ਬੰਦ ਕਰਾਂਗੇ ਇੱਥੇ ਆਪਣਾ ਪੀਏਪੀ ਚੌਂਕ, ਕਿਉਂਕਿ ਇਹ ਬੰਦ ਕੀਤੇ ਤੋਂ ਬਿਨਾਂ ਇਹ ਸਰਕਾਰ ਨੂੰ ਹੋਸ਼ ਨਹੀਂ ਆਉਣੀ। ਮੀਟਿੰਗ ਹੋਈ ਹੈ, ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਨੇ ਹਿਮਾਇਤ ਕੀਤੀ ਹੈ ਜਿਹੜੇ ਪੰਜਾਬ ਦੀ ਫਾਇਰ ਬ੍ਰਿਗੇਡ ਜਥੇਬੰਦੀ ਹੈ, ਔਰ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕੰਮ ਕਰ ਰਹੇ ਸੀਗੇ ਫਾਇਰ ਬ੍ਰਿਗੇਡ ਦੇ ਵਿੱਚ, ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਦੇ ਨਾਲ ਨਿਭਾ ਰਹੇ ਸੀਗੇ, ਉਹਨਾਂ ਨੂੰ ਛੱਡ ਕੇ ਭਗਵੰਤ ਮਾਨ ਦੀ ਗੌਰਮੈਂਟ ਨੇ ਇੱਕ ਫੈਸਲਾ ਲਿਆ ਵੀ ਅਸੀਂ ਜਿਹੜੀ ਰਿਕਰੂਟਮੈਂਟ ਹੈ ਸਿੱਧੇ ਤੌਰ 'ਤੇ ਕਰਨੀ ਹੈਗੀ ਹੈ, ਜਿਹਦਾ ਕਿ ਅਸੀਂ ਸਾਰੇ ਇਹਨਾਂ ਦੀ ਹਮਾਇਤ ਦੇ ਵਿੱਚ ਵਿਰੋਧ ਕਰਦੇ ਹਾਂ, ਕਿਉਂਕਿ ਬਹੁਤ ਲੰਬੀਆਂ ਸੇਵਾਵਾਂ ਇਹਨਾਂ ਨੇ ਦਿੱਤੀਆਂ ਆ ਗਵਰਨਮੈਂਟ ਨੂੰ, ਤਾਂ ਗਵਰਨਮੈਂਟ ਦਾ ਫਰਜ਼ ਬਣ ਜਾਂਦਾ ਕਿ ਪ੍ਰਾਇਰਟੀ ਜਿਹੜੀ ਆ ਇਹਨਾਂ ਨੂੰ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ। ਜਿਹੜੀ ਪਹਿਲ ਇਹ ਕਰਮਚਾਰੀ ਜਿਨ੍ਹਾਂ ਨੇ ਕੰਮ ਕੀਤਾ 10-10, 12-12 ਸਾਲ ਹੋ ਗਏ ਆ, ਇਹਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਔਰ ਇਹਨਾਂ ਨੂੰ ਪੱਕੇ ਤੌਰ 'ਤੇ ਜਿਹੜਾ ਆ ਨੌਕਰੀ ਦੇ ਵਿੱਚ ਰੱਖਿਆ ਜਾਣਾ ਚਾਹੀਦਾ। ਤੋ ਇਹਦੇ ਹੀ ਰੋਸ ਵਜੋਂ ਅਸੀਂ ਪਹਿਲਾਂ ਵੀ ਇੱਕ ਮੀਟਿੰਗ ਕਰ ਚੁੱਕੇ ਹਾਂ ਜਿਹੜੀ ਕਿ 1 ਫਰਵਰੀ ਨੂੰ ਅਸੀਂ ਕੀਤੀ ਸੀਗੀ, ਉਹਦਾ ਮੰਗ ਪੱਤਰ ਅਸੀਂ 15 ਦਿਨ ਦਾ ਟਾਈਮ ਦਿੱਤਾ ਸੀ ਗਵਰਨਮੈਂਟ ਨੂੰ, ਬਟ ਹਾਲੇ ਤੱਕ ਕੋਈ ਵੀ ਜਿਹੜਾ ਮਤਲਬ ਇਹਨਾਂ ਵੱਲੋਂ ਕੋਈ ਫਰੂਟਫੁੱਲ ਜਿਹੜਾ ਕੋਈ ਮੈਸੇਜ ਸਾਨੂੰ ਲੱਗਾ ਨਹੀਂ, ਔਰ ਉਹਦੇ ਰੋਸ ਵਜੋਂ ਅਸੀਂ ਅਗਲਾ ਜਿਹੜਾ ਪ੍ਰੋਗਰਾਮ 21 ਫਰਵਰੀ ਨੂੰ ਪੀਏਪੀ ਜਿਹੜਾ ਚੌਕ ਹੈਗਾ ਆ ਉੱਥੇ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ, ਔਰ ਇਹਦੀ ਜਿਹੜੀ ਸਾਰੀ ਜ਼ਿੰਮੇਵਾਰੀ ਆ ਗਵਰਨਮੈਂਟ ਦੀ ਫਿਕਸ ਹੋਊਗੀ, ਔਰ ਜੇ ਕਿਸੇ ਸਫਾਈ ਕਾਮੇ 'ਤੇ ਜਾਂ ਜਿਹੜੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਹੈ ਇਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਤਸ਼ੱਦਦ ਕਰਨ ਦੀ ਸਰਕਾਰ ਵੱਲੋਂ ਕੋਸ਼ਿਸ਼ ਹੁੰਦੀ ਆ ਤਾਂ ਇਹਦੇ ਜਿਹੜੇ ਸਿੱਟੇ ਆ ਉਹ ਗੰਭੀਰ ਨਿਕਲਣਗੇ, ਔਰ ਜਿਹੜੀ ਇਹ ਜ਼ਿੰਮੇਵਾਰੀ ਹੈ ਇਹ ਗਵਰਨਮੈਂਟ ਦੀ ਹੋਏਗੀ।